अग बुझाने वाले आए थे अग लवाई है, अग बुझाने वाले आए थे अग लवाई है ना। तो कि जिस व्यक्ति ने भी गलती की है उसके खिलाफ जरूर कार्रवाई होगी। कानून नु अपने हाथ विच ना लो, कानून नु अपना काम करन दियो। ਬਠਿੰਡਾ ਦੇ ਪਿੰਡ ਮਹਿਮਾ ਸਰਜਾ 'ਚ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਧਿਕਾਰੀ ਤੋਂ ਜ਼ਬਰਦਸਤੀ ਪਰਾਲੀ ਨੂੰ ਅੱਗ ਲਵਾਉਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਹੁਣ ਇਸ ਮਾਮਲੇ 'ਚ 9 ਲੋਕਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਉੱਧਰ ਬਠਿੰਡਾ SSP ਗੁਰਨੀਤ ਖੁਰਾਣਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਮਾਮਲੇ 'ਚ ਵੱਡਾ ਬਿਆਨ ਦਿੱਤਾ ਹੈ, ਜਿਨ੍ਹਾਂ ਮੁਤਾਬਕ ਇਸ ਮਾਮਲੇ 'ਚ ਸ਼ਾਮਿਲ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਨੇ ਅਤੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 3 ਤਾਰੀਖ ਨੂੰ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀ ਪਿੰਡ ਮਹਿਮਾ ਸਰਜਾ ਵਿੱਚ, ਜਿੱਥੇ ਆਪਣੇ ਇੱਕ ਇੰਪਲਾਈ ਜਿਹੜਾ ਹੈਗਾ ਫੀਲਡ ਵਿੱਚ ਗਿਆ ਸੀਗਾ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ, ਪਰ ਉੱਥੇ ਨਈਆਂ ਵਾਲਾ ਤੋਂ ਕੁਛ ਕਿਸਾਨ ਆ ਕੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਔਰ ਇੱਕ ਮੌਬ 50-60 ਬੰਦਿਆਂ ਦਾ ਨਾਲ ਲੈ ਕੇ ਉਹਨਾਂ ਨੇ ਘੇਰਿਆ ਅਤੇ ਉਹਨਾਂ ਦੇ ਨਾਲ ਬਿਲਕੁਲ ਗਲਤ ਭਾਸ਼ਾ ਨਾਲ ਗੱਲ ਵੀ ਕੀਤੀ ਅਤੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਗਲਤ ਕੰਮ ਕਰਵਾਇਆ ਜਿੱਥੇ ਪਰਾਲੀ ਨੂੰ ਅੱਗ ਲਵਾਈ ਉਹਨਾਂ ਦੇ ਹੱਥੋਂ। ਅਤੇ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ SSP ਸਾਹਿਬ ਨੂੰ ਮੈਂ ਕਿਹਾ ਸੀਗਾ ਕਿ ਇਹਦਾ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਅਤੇ ਇਹਨਾਂ ਨੇ FIR ਦਰਜ ਕਰਕੇ 9 ਜਿਹੜੇ ਆਈਡੈਂਟੀਫਾਈ ਕੀਤੇ ਬੰਦੇ ਨੇ ਉਹਨਾਂ ਦੇ ਬਾਰੇ ਜਿਹੜੀ ਅੱਜ ਆਪਾਂ ਪ੍ਰੈਸ ਕਾਨਫਰੰਸ ਕੀਤੀ ਸੀ। ਇੱਥੇ ਨਾਲ SSP ਸਾਹਿਬ ਨੇ ਇਹ ਵੀ ਕਿਹਾ ਕਿ ਕੱਲ੍ਹ ਜਿਸ ਵਿਅਕਤੀ ਨੂੰ ਇਹਨਾਂ ਨੇ ਰਾਊਂਡ ਅਪ ਕੀਤਾ ਸੀ ਉਹਨੂੰ ਆਪਾਂ ਆਈਡੈਂਟੀਫਾਈ ਕੀਤਾ ਤਾਂ ਉਹ ਵੀਡੀਓ ਵਿੱਚ ਨਹੀਂ ਪਾਇਆ ਗਿਆ ਅਤੇ ਇਸ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਅਤੇ ਆਪਾਂ ਬਿਲਕੁਲ ਜਿਹੜੇ ਹੈਗੇ ਆ ਕਲੀਅਰ ਹੈਗੇ ਕਿ ਜਿਸ ਵਿਅਕਤੀ ਨੇ ਵੀ ਗਲਤੀ ਕੀਤੀ ਹੈ ਉਹਦੇ ਖਿਲਾਫ਼ ਜ਼ਰੂਰ ਕਾਰਵਾਈ ਹੋਏਗੀ। ਅਤੇ ਨਾਲ ਹੀ ਜਿਸ ਤਰੀਕੇ ਦੇ ਨਾਲ ਮਸ਼ੀਨਰੀ ਦੇ ਸੰਬੰਧ ਵਿੱਚ ਤੁਸੀਂ ਵੀ ਕਿਹਾ ਕਿ ਕੁਐਸਚਨਸ ਉੱਠ ਰਹੇ ਸੀਗੇ ਤਾਂ ਮੈਂ ਤੁਹਾਨੂੰ ਡਿਟੇਲ ਦਿੱਤੀ ਕਿ ਸਾਡੇ ਕੋਲ ਲਗਭਗ 3250 ਦੇ ਕਰੀਬ ਜਿਹੜੇ ਹੈਗੇ ਆ ਸੁਪਰ ਸੀਡਰਸ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਨੇ ਅਤੇ 200 ਦੇ ਕਰੀਬ ਬੇਲਰਸ ਹੈਗੇ ਆ ਅਤੇ ਸਿਰਫ ਜੇ ਇਹ ਦੋ ਮਸ਼ੀਨਾਂ ਹੀ ਉਹ ਸਾਡੇ ਕੋਲ ਟੋਟਲ 8000 ਮਸ਼ੀਨਾਂ ਆਪਾਂ ਦਿੱਤੀਆਂ ਨੇ, 70 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੋਈ ਹੈ ਪਿਛਲੇ 5 ਸਾਲਾਂ ਵਿੱਚ। ਅਤੇ ਜੇ ਸਿਰਫ ਇਹ ਦੋ ਮਸ਼ੀਨਾਂ ਵੀ ਯੂਜ਼ ਕਰ ਲਈਏ ਤਾਂ ਸਾਡਾ 5 ਲੱਖ ਏਕੜ ਜਿਹੜਾ ਹੈਗਾ ਉਹ ਮੈਨੇਜ ਹੋ ਜਾਂਦਾ। ਅਤੇ ਮੇਰੀ ਬੇਨਤੀ ਇਹੀ ਹੈ ਸਾਰੇ ਕਿਸਾਨਾਂ ਨੂੰ ਕਿ ਇਹ ਜਿਹੜੇ ਬੱਚੇ ਤੁਹਾਨੂੰ ਆ ਰਹੇ ਨੇ, ਮੁਲਾਜ਼ਮ ਤੁਹਾਡੇ ਕੋਲ ਆ ਰਹੇ ਨੇ, ਇਹ ਤੁਹਾਨੂੰ ਸਿਰਫ ਪ੍ਰੇਰਿਤ ਕਰਨ ਦੇ ਲਈ ਆ ਰਹੇ ਹੈ, ਤੁਹਾਨੂੰ ਸਮਝਾਉਣ ਦੇ ਲਈ ਆ ਰਹੇ ਨੇ ਕਿ ਕਿਸ ਤਰੀਕੇ ਨਾਲ ਤੁਸੀਂ ਪਰਾਲੀ ਨੂੰ ਬੈਟਰ ਮੈਨੇਜ ਕਰ ਸਕਦੇ ਹੋ, ਜੇ ਤੁਹਾਨੂੰ ਮਸ਼ੀਨਰੀ ਦੀ ਲੋੜ ਹੈ ਤਾਂ ਮਸ਼ੀਨਰੀ ਕਿੱਥੇ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਅਤੇ ਇਹਨਾਂ ਦਾ ਘਿਰਾਓ ਕਰਕੇ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ ਅਤੇ ਇਹਨਾਂ ਦੇ ਨਾਲ ਸਹਿਯੋਗ ਕਰੋ, ਇਹ ਤੁਹਾਡੇ ਆਪਣੇ ਬੱਚੇ ਨੇ, ਪਰ ਇਹ ਜੇ ਕੋਈ ਆਪਣੇ ਹੱਥ ਵਿੱਚ ਕਾਨੂੰਨ ਲਊਗਾ ਤਾਂ ਉਹਨੂੰ ਉਹਦਾ ਖਮਿਆਜ਼ਾ ਵੀ ਭੁਗਤਣਾ ਪਵੇਗਾ। ਬਠਿੰਡਾ DC ਨੇ ਕਿਸਾਨਾਂ ਨੂੰ ਕਾਨੂੰਨ ਕਿਸੇ ਵੀ ਤਰ੍ਹਾਂ ਨਾਲ ਆਪਣੇ ਹੱਥ 'ਚ ਨਾ ਲੈਣ ਦੀ ਅਪੀਲ ਕੀਤੀ। ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਵਿਅਕਤੀ ਅਧਿਕਾਰੀਆਂ ਨਾਲ ਬਦਸਲੂਕੀ ਕਰਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਮੈਨੂੰ ਇਹ ਪਹਿਲਾਂ ਸਮਝਣਾ ਚਾਹੀਦਾ ਸਾਰਿਆਂ ਨੂੰ ਕਿ ਸੰਘਰਸ਼ ਜਿਹੜਾ ਹੈਗਾ ਉਹ ਹੱਕ ਦੇ ਲਈ ਹੁੰਦਾ ਹੈ, ਸੱਚਾਈ ਦੇ ਵਾਸਤੇ ਹੁੰਦਾ ਹੈ। ਜੇ ਸਾਰਾ ਹਿੰਦੁਸਤਾਨ, ਸਾਰਾ ਪੰਜਾਬ, ਸਾਰਾ ਬਠਿੰਡਾ ਕਹਿ ਰਿਹਾ ਹੈ ਕਿ ਇਹ ਗਲਤ ਕੰਮ ਹੋਇਆ ਹੈ ਅਤੇ ਗਲਤ ਕੀਤਾ ਹੈ ਬੰਦੇ ਨੇ, ਤਾਂ ਉਹ ਗਲਤੀ ਦੇ ਨੂੰ ਹੁਣ ਬਚਾਉਣ ਦੇ ਲਈ, ਗਲਤ ਵਿਅਕਤੀ ਨੂੰ ਬਚਾਉਣ ਦੇ ਲਈ ਕਿਸੇ ਤਰੀਕੇ ਦਾ ਸੰਘਰਸ਼ ਨਹੀਂ ਹੋ ਸਕਦਾ। ਅਤੇ ਮੇਰੀ ਬੇਨਤੀ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਿਓ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਹੈਗੀ ਹੈ, ਉਹ ਪ੍ਰੋਪਰ ਯੋਗ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਓ। ਮੇਰੇ ਕੋਲ ਆਉਂਦੇ ਨੇ ਆਲਮੋਸਟ ਹਰ ਹਫ਼ਤਾ, ਜਿਹੜੀ ਵੀ ਇਹ ਜਥੇਬੰਦੀ ਹੈਗੀ ਹੈ ਇਸ ਤੋਂ ਉੱਪਰ ਮੇਰੇ ਕੋਲ ਆਉਂਦੇ ਨੇ, ਬਹੁਤ ਚੰਗੇ ਤਰੀਕੇ ਨਾਲ ਬਿਹੇਵ ਕਰਦੇ ਨੇ। ਮੈਂ ਇਹੀ ਕਹਿਣਾ ਚਾਹੁੰਦਾ ਕਿ ਕੱਲ੍ਹ ਜਦ ਮੇਰੇ ਕੋਲ ਪਰਸੋਂ ਆਏ ਸੀਗੇ ਤਾਂ ਇਹਨਾਂ ਨੇ ਮਾਫ਼ੀ ਵੀ ਮੰਗੀ ਔਰ ਕਹਿੰਦੇ ਵੀ ਸੀ ਕਿ ਸਰ ਇਹ ਬਿਲਕੁਲ ਗਲਤ ਹੋਇਆ ਹੈ। ਅਤੇ ਜੇ ਤੁਸੀਂ ਮੰਨਦੇ ਹੋ ਕਿ ਗਲਤ ਹੋਇਆ ਹੈ, ਹੁਣ ਜੇ ਇੱਕ ਗਲਤ ਕਿਤੇ ਵਿਅਕਤੀ ਨੂੰ ਆਪਾਂ ਕਿਸੇ ਤਰੀਕੇ ਨਾਲ ਉਹਦੇ ਖਿਲਾਫ਼ ਕਾਰਵਾਈ ਨਹੀਂ ਕਰੇਗੀ ਤਾਂ ਸਮਾਜ ਵਿੱਚ ਕਿਸ ਤਰੀਕੇ ਦਾ ਮੈਸੇਜ ਜਾਊਗਾ। ਅਤੇ ਮੇਰੀ ਬੇਨਤੀ ਇਹੀ ਹੈ ਕਿ ਪੁਲਿਸ ਨੂੰ ਆਪਣਾ ਕੰਮ ਕਰਨ ਦਿਓ ਅਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਤੁਸੀਂ ਮੇਰੇ ਕੋਲ ਆਓ, ਆਪਾਂ ਬੈਠ ਕੇ ਇਹਦਾ ਹੱਲ ਕਰਦੇ ਹਾਂ। ਪਰ ਕੋਈ ਵੀ ਗਲਤ ਕੰਮ, ਕੋਈ ਵੀ ਕ੍ਰਿਮੀਨਲ ਐਕਟ ਜਿਹੜਾ ਕਰੂਗਾ ਉਹਨੂੰ ਉਹਦਾ ਖਮਿਆਜ਼ਾ ਜਿਹੜਾ ਹੈਗਾ ਉਹ ਭੁਗਤਣਾ। ਹਾਲਾਂਕਿ ਸਰਕਾਰੀ ਅਧਿਕਾਰੀ ਤੋਂ ਜ਼ਬਰਦਸਤੀ ਅੱਗ ਲਵਾਉਣ ਵਾਲੇ ਕਿਸਾਨਾਂ ਨੇ ਬਾਅਦ 'ਚ ਮੁਆਫ਼ੀ ਵੀ ਮੰਗ ਲਈ ਸੀ। ਤੁਹਾਨੂੰ ਇੱਕ ਵਾਰ ਉਹ ਪੂਰੀ ਵੀਡੀਓ ਵੀ ਦਿਖਾ ਦਿੰਦੇ ਹਾਂ ਜਿਸ ਤੋਂ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਸੀ। ਕੋਈ ਮੈਸੇਜ ਨੀ ਫੜ ਲਓ, ਵੀਡੀਓ ਬਣਾ ਲਓ। ਸਾਨੂੰ ਮਜਬੂਰ ਕੀਤਾ ਜਾ ਰਿਹਾ, ਆਪਾਂ ਮਤਲਬ DC ਸਾਹਿਬ ਨੂੰ ਅਸੀਂ ਫੋਨ ਕਰ ਲਏ, DC ਸਾਹਿਬ ਨਹੀਂ ਆ ਰਹੇ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਫਿਰ ਤੁਸੀਂ ਆਪਦੇ ਅੱਗ ਲਾਓ, ਆਪਦਾ ਕੰਮ ਕਰਕੇ ਜੇ ਕੀ ਬੜਾ ਹੋਈ ਸ਼ਹਿਰ ਤੇ।
ਕਿ ਬਣਾਉਣਾ तू ना ही होया बाई भी ना हर जिम कोई चला रहा मारे मैं एक मिनट गल सुन हूं जिन्ना चेर डब्बी फड़ा गड्डी फड़ाया डब्बी फड़ा के पास हो यार डब्बी फड़ा डब्बी फड़ पुत्त डब्बी फड़ एन कई दलवा पलिया लिया चको तू अग ला देगा दो मिनट में कम तू अग चल गई तोर क्यों नहीं लगा तुम भजा क्यों सकते हो तुम भजा क्यों सकते हो फेवरेट तो नहीं लुंगला होगा कितना जो ना अभी तू कपड़े दबारा दस जे अस ना आए तू दबारा सी आगे अग लवावे नहीं जान देने यार अग लवावे नहीं जान देने तेन लाले लाले लिखा की राजे तू आज तू धक्का कर मेरे तू है कह मुल्क ना धक्के लवाया धक्के आ देखो भाई अग बुझाने वाले आए थे अग ने तो लवाई है अग बुझाने वाले आए थे अग लवाई है इन्हों तो खड़ जा मित्रा अग ला के आ देखो ये अग बुझाने आए थे भाई खुद अग लाई इन्होंने किसान आगे प्रशासन को जमा मांग लो दरअसल सारे किसान भारतीय किसान यूनियन सिद्धूपुर नाल संबंध दसे गए ने जिस तो बाद हुण किसान आगू जगजीत सिंह डल्लेवाल ने पराली नूं अग लाउण दा ऐलान कीता है डल्लेवाल मुताबक सरकार वालों उन्होंने पराली की सांभ संभाल मुआवजा और मशीनरी नहीं दी जा रही जिस कारण पराली अग लाने मजबूर ने बठिंडा तो परविंदरजीत सिंह सेंट्रल पंजाब टीवी।